ਗਹੀ ਮਾਰ ਕੇ ਮਾਰਿਆ ਪੈਟਬੁਲ ਕੁੱਤਾ, ਤੜਫ ਤੜਫ ਕੇ ਹੋਈ ਕੁੱਤੇ ਦੀ ਮੌਤ, ਕੈਮਰੇ 'ਚ ਕੈਦ ਹੋਈ ਸਾਰੀ ਵਾਰਦਾਤ। ਤਾਂ ਦੱਸ ਦੇ ਕਿ ਇੱਕ ਪੈਟਬੁਲ ਕੁੱਤੇ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਨੇ ਪਹਿਲਾਂ ਕੁੱਤੇ ਨੂੰ ਗਲੇ ਤੋਂ ਬੰਨ ਕੇ ਕਈ ਸਮੇਂ ਤੱਕ ਲਟਕਾਈ ਰੱਖਿਆ, ਫਿਰ ਉਸਦੀ ਗਰਦਨ 'ਤੇ ਕਹੀ ਦੇ ਨਾਲ ਵਾਰ ਕਰਦਾ ਹੈ, ਜਿਸ ਕਾਰਨ ਤੜਫ ਤੜਫ ਕੇ ਉਸ ਕੁੱਤੇ ਦੀ ਮੌਤ ਹੋ ਜਾਂਦੀ ਹੈ। ਅਤੇ ਹੁਣ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਉਸ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਵੀ ਕੀਤਾ ਗਿਆ। ਤਾਂ ਦੱਸ ਦੇ ਕਿ ਮਾਮਲਾ ਸਮਾਣਾ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਹੈ। ਅਤੇ ਉਸਦੇ ਵੱਲੋਂ ਕਿਹਾ ਗਿਆ ਕਿ ਉਸਨੂੰ ਝੂਠਾ ਫਸਾਇਆ ਜਾ ਰਿਹਾ, ਜਦਕਿ ਉਹ ਤਾਂ ਫੱਟੜ ਕੁੱਤਿਆਂ ਦਾ ਇਲਾਜ ਕਰਦਾ ਹੈ ਅਤੇ ਉਹਨਾਂ ਦੀ ਦੇਖਭਾਲ ਵੀ ਕਰਦਾ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸਨੇ ਕਿ ਕੁੱਤੇ 'ਤੇ ਹਮਲਾ ਕੀਤਾ ਸੀ, ਪਰ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ ਲਗਾਤਾਰ, ਜਿਸਦੇ ਵਿੱਚ ਇੱਕ ਪੈਟਬੁਲ ਕੁੱਤੇ 'ਤੇ ਨੌਜਵਾਨ ਕਹਿਰ ਢਾਉਂਦਾ ਹੋਇਆ ਨਜ਼ਰ ਆਇਆ। ਪਹਿਲਾਂ ਤਾਂ ਕਈ ਸਮੇਂ ਤੱਕ ਉਸਨੂੰ ਲਟਕਾ ਕੇ ਰੱਖਿਆ, ਜਿਸ ਕਾਰਨ ਕੁੱਤਾ ਤੜਫ ਰਿਹਾ ਸੀ, ਅਤੇ ਫਿਰ ਉਸ ਨੌਜਵਾਨ ਦੇ ਵੱਲੋਂ ਕਹੀ ਦੇ ਨਾਲ ਉਸਦੀ ਗਰਦਨ 'ਤੇ ਵਾਰ ਕੀਤਾ ਗਿਆ, ਜਿਸ ਕਰਕੇ ਤੜਫ ਤੜਫ ਕੇ ਉਸ ਕੁੱਤੇ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਅਤੇ ਹੁਣ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਅਤੇ ਹਾਲੇ ਮੁੱਖ ਮੁਲਜ਼ਮ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮੈਂ ਮੀਨਾਕਸ਼ੀ ਮਲਿਕ, ਰਬਦਜੀਵ NGO ਸੇ, ਹਮਾਰੀ NGO ਕੰਮ ਕਰ ਰਹੀ ਹੈ ਬੇਜਬਾਨ ਕੇ ਲੀਏ ਜੋ ਕਿ ਇੰਜਰਡ ਹੋ ਜਾਤੇ ਹੈ ਸੜਕੋਂ ਪੇ, ਔਰ ਸਾਥ ਸਾਥ ਕੰਮ ਕਰ ਰਹੀ ਹੈ ਐਨੀਮਲ ਕ੍ਰੂਐਲਿਟੀ ਕੇ ਅਗੇਂਸਟ, ਜਿਸਕੇ ਚਲਤੇ ਹੈ ਮੇਰੇ ਪਾਸ ਇੱਕ ਪਟਿਆਲੇ ਸੇ ਇੱਕ ਵਾਇਰਲ ਵੀਡੀਓ ਆਤੀ ਹੈ, ਔਰ ਵਹਾਂ ਕੇ ਲੋਕਲ ਲੋਗੋਂ ਨੇ ਮੇਰੇ ਕੋ ਸੰਪਰਕ ਕੀਆ ਕਿ ਇੱਕ ਪਿਟਬੁਲ ਕੋ ਬਹੁਤ ਬੁਰੀ ਤਰੀਕੇ ਸੇ ਮਾਰਾ ਗਿਆ ਹੈ, ਜਿਸਕੀ ਵਜ੍ਹਾ ਸੇ ਵੋ ਉਸਕੀ ਡੈਥ ਹੋ ਜਾਤੀ ਹੈ, ਔਰ ਮੈਂ ਵਹਾਂ ਜਾ ਗਈ ਹੂੰ, ਔਰ ਮੈਨੇ ਵਹਾਂ ਪੇ ਦੇਖਾ ਕਿ ਵੋ ਸੱਚ ਮੇਂ ਹੀ ਇੱਕ ਲੋਕਲ ਇਲੀਗਲ ਸੈਂਟਰ ਵਹਾਂ ਪੇ ਰਨ ਹੋ ਰਹਾ ਥਾ, ਜਿਸ ਮੇਂ ਯੇ ਘਟਨਾ ਘਟੀ ਹੈ। ਚਲੀਏ ਮੈਨੇ ਜਾਂਚ ਕੋ ਆਗੇ ਬੜਾਤੇ ਹੋਏ ਆਪਣੀ ਤਰਫ ਸੇ ਉਸ ਇੱਕ ਲੋਕਲ ਜੋ ਵਹਾਂ ਥਾਣਾ ਥਾ ਉਸਮੇਂ ਰਿਪੋਰਟ ਲਿਖਵਾਈ ਹੈ ਉਸਕੀ, ਔਰ ਇੱਕ ਸੋਸ਼ਲ ਮੀਡੀਆ ਕੇ ਪ੍ਰੈਸ਼ਰ ਕੇ ਚਲਤੇ ਉਨ ਲੋਗੋਂ ਕੇ, ਕਿਉਂਕਿ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਥੀ, ਤੋ ਪੁਲਿਸ ਕੋ ਇਸਕੀ ਕੰਪਲੇਂਟ ਦਰਜ ਕਰਨੀ ਪੜੀ। ਔਰ ਇੱਕ ਲੋਕਲ NGO ਜੋ ਵਹਾਂ ਪਰ ਹੈ, ਇੱਕ ਲੇਡੀ ਚਲਾ ਰਹੀ ਹੈ ਜਿਸ ਕੋ ਸੁਸ਼ਮਾ ਨਾਮ ਸੇ, ਵੋ ਹਾਲਾਂਕਿ ਇਹ ਘਟਨਾ ਦਸੰਬਰ ਕੀ ਹੈ, ਵਾਇਰਲ ਵੀਡੀਓ ਅਬ ਹੁਆ ਹੈ, ਉਨਕੋ ਹੀ ਇਹ ਕੰਪਲੇਂਟ ਕਰ ਦੇਣੀ ਚਾਹੀਏ ਥੀ, ਪਰ ਵੋ ਕੰਪਲੇਂਟ ਕਰਨੇ ਕੀ ਬਜਾਏ ਮੁਝੇ ਵੀ ਇਸ ਕੰਪਲੇਂਟ ਕੋ ਕਰਨੇ ਸੇ ਰੋਕ ਰਹੀ ਹੈ, ਔਰ ਮੁਝੇ ਡਿਫੇਮ ਕੀਆ ਜਾ ਰਹਾ ਹੈ। ਫਿਰ ਕੁਛ ਐਸੀ ਘਟਨਾ ਹੋਤੀ ਹੈ ਜੋ ਆਪ ਨਹੀਂ ਕਰ ਪਾਤੇ ਹੋ, ਤੋ ਹਮ ਮੇਰਾ ਹਮਾਰੇ ਔਰਗਨਾਈਜੇਸ਼ਨ ਕਾ ਨਾਮ ਹੈ ਰਬਦੇ ਜੀ, ਆਪ ਉਸਕੋ ਸੰਪਰਕ ਕਰ ਸਕਤੇ ਹੈ। ਸੋ ਆਗੇ ਜਾਂਚ ਕਾ ਵਿਸ਼ੇ ਹੈ ਕਿ ਵੋ NGO ਉਸਕੋ ਕਿਉਂ ਰੋਕ ਰਹੀ ਹੈ, ਔਰ ਇਸਕੋ ਕਿਸ ਤਰ੍ਹਾਂ ਸੇ ਮਾਰਾ ਗਿਆ, ਕਿਸ ਸਰਕਮਸਟਾਂਸਿਸ ਮੇਂ ਮਾਰਾ ਗਿਆ, ਅਬ ਯੇ ਪੁਲਿਸ ਕਾਰਵਾਈ ਵੀ ਆਏਗਾ, ਔਰ ਇਸਕੀ FIR ਦਰਜ ਹੋ ਚੁੱਕੀ ਹੈ ਜੀ। ਥੈਂਕ ਯੂ ਸੋ ਮਚ ਜੀ। ਹਾਂ ਬੇਟੇ, ਕੀ ਨਾਮ ਹੈ ਤੇਰਾ? ਅਮਿਤ ਸ਼ਰਮਾ ਜੀ। ਇਹ ਨਾ ਕੁਛ ਨਹੀਂ ਹੈਗਾ, ਜਿਹੜੀ ਮਤਲਬ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਉਹਦੇ ਵਿੱਚ ਬੰਦਾ ਕੋਈ ਹੋਰ ਹੈ, ਮੈਨੂੰ ਬਸ ਇਹ ਹੈ ਨਾ ਉਹ ਜਾਣ ਕੇ ਫਸਾਇਆ ਜਾ ਰਿਹਾ। ਇੱਕ ਮੁੰਡਾ ਮੇਰੇ ਨਾਲ ਜੋ ਮੇਰੇ ਨਾਲ ਪਹਿਲਾਂ ਸੇਵਾ ਦੇ ਹੈ ਨਾ ਨਾਲ ਹੁੰਦਾ ਸੀਗਾ, ਅਤੇ ਉਹ ਮੇਰੇ ਖਿਲਾਫ ਹੋ ਗਿਆ ਹੈ ਨਾ, ਵੀ ਲੋਕ ਇਹਨੂੰ 100-100 ਰੁਪਏ ਘਿਓ ਦਿੰਦੇ ਨੇ। ਹੁਣ ਦੇਖੋ, ਹੁਣ ਆਪਣੇ ਚਾਰ ਡੋਗ ਸਾਹਮਣੇ ਔਰ 40 ਡੋਗ ਸਾਹਮਣੇ 'ਚ ਫਰਕ ਹੈ ਹੈ ਨਾ, ਤਾਂ ਮੈਨੂੰ ਹੈਲਪ ਲੈਣੀ ਪੈਂਦੀ ਸੀਗੀ, ਤਾਂ ਉਸਦੇ ਤੋਂ ਇਹ ਚੀਜ਼ ਹੈ ਨਾ ਆਪਣੀ ਜਰਨੀ ਹੋਈ। ਜਿਹੜੀ ਉਹ ਮਤਲਬ ਪਿਟਬੁਲ ਡੋਗ ਹੈ, ਉੱਥੇ ਜਿਹੜੀ ਟੀਮ ਬੈਠਦੀ ਮਤਲਬ ਉੱਥੇ ਖੋਲਦੀ ਟੀਮ, ਉਹਨਾਂ ਵੱਲੋਂ ਮਤਲਬ ਮਾਰੀ ਗਈ ਆ, ਉਹਦੇ ਵਿੱਚ ਮੇਰੀ ਸ਼ਕਲ ਨਹੀਂ ਹੈਗੀ। ਤਾਂ ਲੋਕ ਜਦੋਂ ਤੱਕ ਮੈਂ ਉੱਥੇ ਪਹੁੰਚਿਆ ਤਾਂ ਉਹਨੂੰ ਮਤਲਬ ਉਹਨੂੰ ਮਾਰ ਚੁੱਕੇ ਸੀਗੇ। ਕਿੰਨੇ ਪਿੱਲੇ ਮੇਰੇ ਸੀ ਉਹ? ਜਦੋਂ ਮਤਲਬ ਐਂ ਲਾ ਲਓ ਕਿ ਪਿਟਬੁਲ ਨੇ ਮੇਰੇ 2-3 ਡੋਗ ਖਾ ਲਏ ਸੀਗੇ, ਔਰ ਮੈਂ ਉਹਨਾਂ ਨੂੰ ਐਵੇਂ ਕਿਹਾ ਸੀ ਕਿ ਮੈਂ ਤਾਂ ਹੈ ਨਹੀਂ, ਵੀ ਤੁਸੀਂ ਇਹਨੂੰ ਸਾਈਡ 'ਤੇ ਬੰਨ ਦਿਓ, ਜਦੋਂ ਆਪਾਂ ਆ ਗਏ ਆਪਾਂ ਸੋਚ ਲਾਂਗੇ ਇਹਦਾ। ਤੁਸੀਂ ਪਿੱਲਿਆਂ ਦੇ ਕੋਲ ਪਿਟਬੁਲ ਬੰਨਿਆ ਸੀ? ਨਹੀਂ, ਮਤਲਬ ਉੱਥੇ ਮਤਲਬ ਖੁੱਲ੍ਹੀ ਫਿਰਦੀ ਸੀ ਅਮਨ, ਖੁੱਲ੍ਹੀ ਫਿਰਦੀ ਸੀ। ਹਾਂਜੀ ਹਾਂ, ਖੁੱਲ੍ਹੀ ਕਰਕੇ ਉਹਨੇ ਹਮਲਾ। ਹਾਂ, ਪਿਟਬੁਲ ਤੁਹਾਡੀ ਆਪਣੀ ਪਾਲਤੂ ਸੀ? ਨਹੀਂ, ਪਾਲਤੂ ਨਹੀਂ ਸੀ, ਉਹ ਮੈਂ ਰੈਸਕਿਊ ਕੀਤੀ ਸੀ ਰੋਡ ਦੇ ਤੋਂ। ਓਕੇ। ਉਹਦੀ ਹਾਲਤ ਬਹੁਤ ਮਾੜੀ ਸੀਗੀ, ਉਸਦਾ ਇਲਾਜ ਕੀਤਾ? ਹਾਂ, ਅਤੇ ਉਹਨੂੰ ਮੈਂ ਠੀਕ ਕਰਕੇ ਆਪਣਾ ਉਹਦਾ ਪ੍ਰੋਪਰ ਇਲਾਜ ਕਰਵਾ ਕੇ ਉਹਨੂੰ ਮੈਂ ਛੱਡਤਾ ਸੀ ਖੁੱਲ੍ਹਾ। ਇਹ ਚੀਜ਼ ਹੈ। ਅਤੇ ਤੁਸੀਂ ਡਾਂਸਿੰਗ ਵੀ ਸਿਖਾਉਂਦੇ ਹੋ?
ਮੇਰਾ ਇਹ ਪਰਸਨਲ ਬਿਜ਼ਨਸ ਹੈ, ਮੈਂ ਇੱਕ ਡਾਂਸ ਟੀਚਰ ਹਾਂ ਮੇਰੀ ਅਕੈਡਮੀ ਹੈ ਸਮਾਨ ਦੇ ਵਿੱਚ। ਅਤੇ ਉਹ ਜਿਹੜਾ ਮੁੰਡਾ ਤੁਸੀਂ ਦੱਸ ਰਹੇ ਹੋ ਉਹ ਤੁਹਾਡੇ ਡਾਂਸਿੰਗ ਮੈਂ ਥਾ ਤੁਹਾਡੇ ਨਾਲ? ਉਹ ਮੇਰਾ ਦੋਸਤ ਹੈ ਅਤੇ ਉਹ ਮੇਰੇ ਨਾਲ ਡੋਗ 'ਤੇ ਜਿਵੇਂ ਮਤਲਬ ਸੇਵਾ 'ਤੇ ਜਾਂਦੇ ਹੁੰਦੇ, ਜਿਵੇਂ ਕੋਈ ਨਾ ਸਾਨੂੰ ਟ੍ਰੀਟਮੈਂਟ ਆਉਣਾ ਤੁਸੀਂ ਡੋਗ ਨੂੰ ਮਤਲਬ ਹੈ ਨਾ ਮਤਲਬ ਇਕੱਠੇ ਜਾਣਾ ਚੱਕਣ ਵਾਸਤੇ ਚੱਕਣ ਜਾਂਦੇ ਸੀ? ਜੀ ਜੀ ਜਿਹੜਾ ਕੋਈ ਡੋਗ। ਹੁਣ ਤੁਹਾਡਾ ਕੀ ਕਹਿਣਾ ਜਿਹੜਾ ਤੁਹਾਡੇ ਮਾਮਲਾ ਦਰਜ ਕਰਾਇਆ, ਕਿਹਨੇ ਕੀਤੇ ਮਾਮਲਾ? ਮੈਂ ਬੇਕਸੂਰ ਹਾਂ, ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹ ਸ਼ੁਭ ਬੰਦੇ ਨੇ ਜਾਣ ਕੇ ਕੀਤੀਆਂ ਨੇ, ਜਿਹੜੇ ਮਤਲਬ ਵੀਡੀਓ ਦੇ ਵਿੱਚ ਡੋਗਸ ਮਤਲਬ ਮਰੇ ਹੋਏ ਪਾਏ ਗਏ ਨੇ, ਉਹਨਾਂ ਨੂੰ ਇੱਕ ਮਤਲਬ ਕਿ ਪਾਰਵੋ ਹੋ ਗਿਆ ਸੀਗਾ, ਉਹ ਪਾਰਵੋ ਵਿੱਚ ਡੋਗ ਮਰੇ ਨੇ, ਠੀਕ ਹੈ, ਜਿਵੇਂ ਦੋ ਹਨ ਸਵੇਰੇ ਮਰ ਗਏ ਦੋ ਸ਼ਾਮ ਨੂੰ ਮਰ ਗਏ। ਹਾਂ ਹਾਂ, ਉਹਨਾਂ ਦਾ ਕਿੰਨੇ ਕਿੰਨੇ ਛੋਟੇ ਸੀ ਉਹ ਬੱਚੇ? ਇੱਕ ਮਹੀਨੇ ਦੇ ਡੋਗ ਸੀਗੇ। ਕਿੰਨੇ ਸੀ ਉਹ? ਹੁਣੇ 6-7। ਅੱਛਾ, ਸਾਰੇ ਮਰ ਗਏ? ਹਾਂ, ਉਹ ਕਾਫੀ ਜ਼ਿਆਦਾ ਉਹ ਸੀਰੀਅਸ ਸੀਗੇ। ਪਿਟਬਲ ਨੇ ਵੀ ਕੋਈ ਮਤਲਬ ਹਮਲਾ ਕੀਤਾ ਉਹਨਾਂ ਦੇ? ਨਹੀਂ, ਉਹ ਵਾਲਾ ਮਤਲਬ ਮਾਮਲਾ ਮਤਲਬ ਅਲੱਗ ਹੈ, ਜੋ ਪਿਟਬਲ ਵਾਲਾ ਉਹ ਛੋਟੇ ਡੋਗ ਵਾਲਾ ਅਲੱਗ ਹੈ। ਜਦੋਂ ਉਹਨੇ ਕੀ ਮਾਮਲਾ ਫਿਰ? ਉਹ ਤਾਂ ਬਸ ਹਲਕੀ ਹੋਣੀ, ਪਤਾ ਨਹੀਂ ਕੀ ਚੱਕਰ ਹੈ, ਮੈਂ ਹੈ ਨਹੀਂ ਸੀਗਾ ਅਤੇ ਮੈਨੂੰ ਡੇਰੇ ਵਾਲ ਦਾ ਫੋਨ ਆਇਆ ਵੀ ਤੂੰ ਆ ਜਾ ਵੀ ਇਹਦਾ ਕੋਈ ਨਾ ਕੋਈ ਹਿੱਲਾ ਕਰਦੇ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨੂੰ ਮਤਲਬ ਬੰਨ ਦਿਉ, ਜਦੋਂ ਮੈਂ ਆ ਗਿਆ ਆਪਾਂ ਮਤਲਬ ਕਾਰਪੋਰੇਸ਼ਨ ਨੂੰ ਫੋਨ ਕਰਾਂਗੇ ਵੀ ਜੋ ਵੀ ਇਹਦਾ ਹਿੱਲਾ ਹੋਊਗਾ ਆਪਾਂ ਕਰ ਦਾਂਗੇ। ਔਰ ਜਦੋਂ ਤੱਕ ਮੈਂ ਉੱਥੇ ਪਹੁੰਚਿਆ ਉਹਨਾਂ ਨੇ ਮਤਲਬ ਪਿੱਟ ਬੋਲ ਨੂੰ ਮਤਲਬ ਬੰਨ ਕੇ ਉਹਨੂੰ ਮਾਰਤਾ ਸੀਗਾ। ਔਰ ਮੈਂ ਕਿਹਾ ਵੀ ਤੁਸੀਂ ਮੈਨੂੰ ਫਸਾਇਆ ਜਾ ਰਿਹਾ।